ਰਾਮ ਸਰੂਪਨ ਖੀਦੀ ਕਹਾਣੀ ਇੱਕ ਕੁੜੀ ਸੁਸ਼ਮਾ ਉਸ ਦਿਨ ਮੈਂ ਕੱਲੀ ਸਾਂ ਮਾਲਵਾ ਸਿਨੇਮਾ ਚੋਂ ਦੁਪਹਿਰ ਦਾ ਸ਼ੋਅ ਦੇਖ ਕੇ ਸਟੇਟ ਬੈਂਕ ਵੱਲ ਜਾ ਰਹੀ ਸਾਂ ਪੈਦਲ ਹੀ ਮਾਲ ਰੋਡ ਦੇ ਫੁੱਟਪਾਥਾਂ ਤੇ ਲੱਗੇ ਗੁਲਮੋਹਰ ਦੇ ਅੰਗਿਆਰ ਵਰਗੇ ਲਾਲ ਫੁੱਲ ਮੈਨੂੰ ਚੰਗੇ ਚੰਗੇ ਲੱਗ ਰਹੇ ਸੀ ਫੁੱਟਪਾਥਾਂ ਤੇ ਤੁਰ ਹੀ ਜਾ ਰਹੀ ਮੈਂ ਉਹਨਾਂ ਫੁੱਲਾਂ ਨੂੰ ਸਵਾਰ ਕੇ ਦੇਖਣ ਲਈ ਕਦੇ-ਕਦੇ ਠਹਿਰ ਜਾਂਦੀ ਤਾਂ ਕਿ ਉਹਨਾਂ ਦੀ ਸੁਰਖੀ ਧੁਰ ਰੂਹ ਤੱਕ ਉਤਰ ਜਾਏ ਇੱਕ ਮੋਟਰਸਾਈਕਲ ਮੇਰੇ ਕੋਲ ਦੀ ਤੇਜ਼ ਭੁਖੀਲ ਵਾਂਗ ਚੀਖਦਾ ਲੰਘਿਆ। ਇੱਕ ਵਾਰ ਤਾਂ ਮੇਰਾ ਦਿਲ ਜ਼ੋਰ ਦੀ ਧੜਕਿਆ। ਮੈਂ ਦੇਖਿਆ ਮੋਟਰਸਾਈਕਲ ਤੇ ਕੋਈ ਕੁੜੀ ਸੀ। ਮੋਟਰਸਾਈਕਲ ਚਲਾ ਰਹੀ ਕੋਈ ਵੀ ਕੁੜੀ ਮੈਨੂੰ ਬਹੁਤ ਭਿਆਨਕਤਾ ਦਾ ਅਹਿਸਾਸ ਦੇ ਜਾਂਦੀ ਹੈ। ਮੇਰੇ ਕੋਲ ਦੀ ਤੇਜ਼ ਦੌੜੀ ਜਾ ਰਹੀ ਮੇਰੇ ਵੱਲ ਝਾਕੀ ਵੀ ਸੀ। ਪਰ ਇਹ ਕੀ ਉਹ ਤਾਂ ਥੋੜੀ ਦੂਰ ਜਾ ਕੇ ਵਾਪਸ ਮੁੜੀ ਆ ਰਹੀ ਸੀ। ਮੋਟਰਸਾਈਕਲ ਤੋਂ ਉਤਰ ਕੇ ਦੂਜੇ ਪਾਸੇ ਫੁੱਟਪਾਥ ਤੇ ਉਹਨੇ ਮੈਨੂੰ ਬੁਲਾਇਆ। "ਏ ਲੜਕੀ!" ਮੈਂ ਡਰ ਗਈ। ਉਹ ਤੇ ਉਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ ਪਹਿਲਾਂ ਤਾਂ ਮੈਂ ਸੋਨ ਜੀ ਹੋ ਗਈ ਕਿ ਪੁਲਿਸ ਵਾਲੀ ਕਿਉਂ ਬੁਲਾ ਰਹੀ ਹੈ ਮੈਨੂੰ ਮੈਥੋਂ ਕੀ ਕਸੂਰ ਹੋ ਗਿਆ ਪਰ ਫਿਰ ਦਿਲ ਕਰਣਾ ਕਰਕੇ ਮੈਂ ਉਹਦੇ ਕੋਲ ਜਾਣ ਲਈ ਸੜਕ ਪਾਰ ਕੀਤੀ ਉਹ ਗੌਰ ਨਾਲ ਮੇਰੇ ਚਿਹਰੇ ਨੂੰ ਵੇਖਣ ਲੱਗੀ ਜਿਵੇਂ ਕੁਝ ਲੱਭਣਾ ਚਾਹੁੰਦੀ ਹੋਵੇ ਤੂੰ ਕਿੱਥੋਂ ਦੀ ਰਹਿਣ ਵਾਲੀ ਹੈ ਉਹਨੇ ਪੁਲਿਸੀ ਰੋਕ ਚ ਪੁੱਛਿਆ ਮੋਗੇ ਸਾਡਾ ਘਰ ਹੈ ਮੈਂ ਬੇਚ ਜਿਹਾ ਕਹਤਾ ਉਹ ਨਿਰਾਸ਼ੀ ਹੋ ਗਈ ਪਰ ਫਿਰ ਪੁੱਛਿਆ ਕਦੇ ਅੰਮ੍ਰਿਤਸਰ ਵੀ ਰਹੀ ਹੈ ਤੂੰ ਹਾਂ ਮੈਂ ਕਿਹਾ ਤੇਰਾ ਨਾਮ ਨੋਰਮਾ ਤਾਂ ਨਹੀਂ हां ਮੈਂ ਮੁਸਕਰਾ ਕੇ ਜਵਾਬ ਦਿੱਤਾ ਉਹ ਵੀ ਮੁਸਕराई ਮੈਨੂੰ ਖੁਸ਼ੀ ਜੀ ਹੋਈ ਕਿ ਉਹ ਮੇਰਾ ਨਾਂ ਜਾਣਦੀ ਹੈ ਪਰ ਇੱਕ ਚਿੰਤਾ ਜੀ ਵੀ ਕਿ ਪੁਲਿਸ ਵਾਲੀ ਮੇਰਾ ਨਾਂ ਕਿਵੇਂ ਜਾਣਦੀ ਹੈ ਉਹਨੇ ਮੈਨੂੰ ਮੋਟਰਸਾਈਕਲ ਪਿੱਛੇ ਬੈਠਣ ਲਈ ਕਿਹਾ ਮੈਂ ਝਿਜਕ ਦਿਖਾਈ ਤਾ ਕਹਿੰਦੀ ਖਬਰਾਨਾ ਖਬਰਾਨਾ ਤੈਨੂੰ ਕਿਸੇ ਗੈਰ ਥਾਂ ਨਹੀਂ ਲੈ ਕੇ ਜਾਂਦੀ ਆਪਣੇ ਘਰ ਲੈ ਕੇ ਜਾਵਾਂਗੀ ਪਰ ਦੱਸੋ ਤਾਂ ਸਹੀ ਕਿਉਂ ਲੈ ਕੇ ਜਾ ਰਹੇ ਹੋ ਮੈਨੂੰ ਇਹ ਸਭ ਘਰ ਜਾ ਕੇ ਗੱਲਾਂ ਕਰਾਂਗੇ ਆ ਕਹਿ ਕੇ ਉਹਨੇ ਮੋਟਰਸਾਈਕਲ ਸਟਾਰਟ ਕਰ ਲਿਆ ਦਮੈ ਇੱਕ ਜਾਦੂ ਜੇ ਚਾਕੇ ਉਹਦੇ ਮਗਰ ਬੈਠ ਗਈ ਫੂਲ ਸਿਨੇਮਾ ਵਾਲਾ ਚੌਕ ਘੁੰਮ ਕੇ ਉਹ ਲੀਲਾ ਭਵਨ ਵਾਲੀ ਸੜਕ ਪੈ ਗਈ ਹੁਣ ਉਹ ਮਾਡਲ ਸਿਨੇਮਾ ਵਾਲਾ ਚੌਕ ਘੁੰਮ ਕੇ ਲੀਲਾ ਭਵਨ ਵਾਲੀ ਸੜਕ ਵੱਲ ਜਾ ਰਹੀ ਸੀ ਮੈਂ ਸੋਚ ਰਹੀ ਸਾਂ ਜਿਵੇਂ ਕਿ ਚਿਹਰਾ ਪਹਿਲਾਂ ਵੀ ਇਹ ਚਿਹਰਾ ਕਿਤੇ ਵੇਖਿਆ ਹੋਇਆ ਹੈ ਉਹਦੀ ਆਵਾਜ਼ ਵੀ ਜਾਣੀ ਪਛਾਣੀ ਜੀ ਲੱਗ ਰਹੀ ਸੀ ਪਰ ਇਥੋਂ ਪਤਾ ਨਹੀਂ ਸੀ ਲੱਗਦਾ ਵੀ ਉਹ ਹੈ ਕੌਣ ਮੈਨੂੰ ਕਿਵੇਂ ਜਾਣਦੀ ਹੈ ਮਲਟਨ ਦੀ ਮਾਰਕੀਟ ਮਾਡਲ ਟਾਊਨ ਦੀ ਮਾਰਕੀਟ ਲੰਘ ਕੇ ਉਹਨੇ ਇੱਕ ਕੋਠੀ ਅੱਗੇ ਮੋਟਰਸਾਈਕਲ ਖੜਾ ਕਰ ਦਿੱਤਾ ਤੇ ਮੈਨੂੰ ਅੰਦਰ ਲੈ ਗਈ। ਉਹਦੇ ਕੋਲ ਦੋ ਕਮਰੇ ਸੀ। ਘਰ 'ਚ ਹੋਰ ਕੋਈ ਨਹੀਂ ਸੀ। ਲੱਗਦਾ ਸੀ ਉਹ ਇਕੱਲੀ ਇੱਥੇ ਰਹਿੰਦੀ ਹੈ। ਇੱਕ ਕਮਰੇ 'ਚ ਮੈਨੂੰ ਬਿਠਾ ਕੇ ਦੂਜੇ ਕਮਰੇ 'ਚ ਗਈ। 5-7 ਮਿੰਟਾਂਾਂ 'ਚ ਹੀ ਵਰਦੀ ਲਾ ਕੇ ਕਮੀਜ਼ ਸਲਵਾਰ ਪਹਿਨਾਈ। ਮੇਰੇ ਮੋਢੇ ਤੇ ਹੱਥ ਧਰ ਕੇ ਕਹਿਣ ਲੱਗੀ, "ਹੌਣ ਪਛਾਣਦੀ ਐ ਮੈਨੂੰ?" ਮੈਨੂੰ ਫੇਰ ਵੀ ਕੁਝ ਯਾਦ ਨਹੀਂ ਆਇਆ। 10 ਸਾਲ ਪਹਿਲਾਂ ਦੀ ਕੋਈ ਪੁਰਾਣੀ ਗੱਲ ਯਾਦ ਹੈ ਤੈਨੂੰ? ਉਹਨੇ ਮੇਰੀਆਂ ਅੱਖਾਂ 'ਚ ਝਾਕ ਕੇ ਪੁੱਛਿਆ। ਕੀ ਮੈਂ ਫੇਡ ਡੋਰ ਪਰ ਹੋ ਗਈ ਅੰਮ੍ਰਿਤਸਰ ਤੁਹਾਡੇ ਗੁਆਂਢ 'ਚ ਕਤਲ ਹੋਇਆ ਸੀ ਪੁਲਿਸ ਵਾਲੇ ਤੁਹਾਡੇ ਘਰ ਗੇੜੇ ਮਾਰਦੇ ਰਹੇ ਸਨ ਤੂੰ 3 ਦਿਨ ਮੰਜੇ ਤੋਂ ਨਹੀਂ ਉੱਠ ਸਕੀ ਸੀ ਤੇਰੀ ਬੁਰੀ ਹਾਲਤ ਸੀ ਤੂੰ ਕੁੱਕਾ ਮਾਰਮਾਰ ਉੱਠਦੀ ਸੀ ਸਵੇਰੇ ਸ਼ਾਮ ਤੇਰਾ ਪਤਾ ਲੈਣ ਇੱਕ ਕੁੜੀ ਆਉਂਦੀ ਹੁੰਦੀ ਸੀ ਜਿਹਨੂੰ ਦੇਖ ਕੇ ਤੂੰ ਆਪਣਾ ਮੂੰਹ ਛੁਪਾ ਲੈਂਦੀ ਉਹ ਕੁੜੀ ਭਲਾ ਕੌਣ ਸੀ ਉਹ ਲਗਾਤਾਰ ਬੋਲਦੀ ਜਾ ਰਹੀ ਸੀ ਉਹਦੀਆਂ ਗੱਲਾਂ ਸੁਣ ਕੇ ਮੇਰੀ ਅੱਖਾਂ ਸਾਹਮਣੇ ਸਾਰਾ ਨਜ਼ਾਰਾ ਆ ਗਿਆ ਤੇ ਉਹ ਕੁੜੀ ਸੁਸ਼ਮਾ ਸੀ ਮੈਨੂੰ ਲੱਗਿਆ ਇਹ ਸੁਸ਼ਮਾ ਹੀ ਹੈ ਉਹਦਾ ਚਿਹਰਾ ਤਾਂ ਗੋਲ-ਗੋਲ ਜਿਹਾ ਸੀ, ਮੁਲਾਇਮ ਸੁੰਦਰ ਚਿਹਰਾ। ਉਹਦੀਆਂ ਅੱਖਾਂ ਤਾਂ ਖਿੱਚਾਂ ਪਾਉਂਦੀਆਂ ਸਨ, ਮੋਟੀਆਂ-ਮੋਟੀਆਂ ਗੱਲਾਂ ਕਰਦੀਆਂ। ਅੱਖਾਂ ਉਸ ਕੁੜੀ ਦੀ ਤੌਰ ਤਾਂ ਮਟਕੇਲੀ ਜਈ ਸੀ। ਇਹ ਚਿਹਰਾ ਤਾਂ ਕਿੰਨਾ ਮਰਦਾਂਵਾਂ ਜਿਹਾ ਲੱਗਦਾ ਹੈ, ਲੰਬੂਤਰਾ ਜਿਹਾ। ਅੱਖਾਂ 'ਚ ਕੋਈ ਖਿੱਚ ਨਹੀਂ, ਸਗੋਂ ਇੱਕ ਵੈਸ਼ਤ ਜੀ ਚਲਕਦੀ ਹੈ। ਤੌਰ ਨਾ ਮਰਦਾਂਵੀ ਨਾ ਕੁੜੀਆਂ ਵਾਲੀ। ਹੋ ਸਕਦਾ ਪੁਲਿਸ 'ਚ ਭਰਤੀ ਹੋ ਕੇ ਹੁਣ ਇਹੋ ਜਿਹੀ ਬਣ ਗਈ ਹੋਵੇ। ਤੇ ਫੇਰ ਉਹਨੇ ਖੁਦ ਹੀ ਛੱਟ ਦੇ ਕੇ ਦੱਸ ਦਿੱਤਾ, ਮੈਂ ਸੁਸ਼ਮਾ ਇੱਕ ਬਿੰਦ ਅਸੀਂ ਦੋਵੇਂ ਚੁੱਪ ਬੈਠੀਆਂ ਰਹੀਆਂ ਮੈਨੂੰ ਲੱਗਿਆ ਜਿਵੇਂ ਉਹ ਉਹਦੇ ਵਜੂਦ ਉੱਤੇੋਂ ਪੁਲਿਸ ਵਾਲੀ ਔਰਤ ਦਾ ਖੂਨ ਉਤਰਦਾ ਜਾ ਰਿਹਾ ਹੋਵੇ ਉਹਦੇ ਚਿਹਰੇ 'ਚ ਉਹ ਹੀ ਪੁਰਾਣੀ ਸੁਸ਼ਮਾ ਨਿਕਲਦੀ ਆ ਰਹੀ ਸੀ ਮੈਨੂੰ ਉਹਦਾ ਮੂੰਹ ਉਦਾਸ ਹੋ ਗਿਆ ਲੱਗਿਆ ਉਹਦੀਆਂ ਅੱਖਾਂ 'ਚ ਔਰਤ ਉਤਰਨ ਲੱਗੀ ਸੀ ਸਦੀਆਂ ਤੋਂ ਦੁੱਖਾਂ ਮਾਰੀ ਔਰਤ ਉਹ ਉੱઠી ਤੇ ਰਸੋਈ ਵੱਲ ਜਾਣ ਲੱਗੀ ਹੁਣ ਮੈਨੂੰ ਸੱਚਮੁੱਚ ਹੀ ਔਰਤ ਲੱਗ ਰਹੀ ਸੀ ਸੁਸ਼ਮਾ ਰਸੋਈ ਚੋ ਸਟੋਵ ਵਿੱਚ ਹਵਾ ਪਰੰਦੀ ਆਵਾਜ਼ ਆਈ ਉੱਚਾ ਬਣਾ ਰਹੀ ਹੋਏਗੀ ਅੰਮ੍ਰਿਤਸਰ ਉਹਨਾਂ ਦਿਨਾਂ 'ਚ ਪਿਤਾ ਜੀ ਕਾਲਜ ਵਿੱਚ ਲਾਇਬ੍ਰੇਰੀਅਨ ਸਨ ਪੁਤਲੀ ਘਰ ਦੇ ਕੁਆਟਰਾਂ 'ਚ ਅਸੀਂ ਰਹਿੰਦੇ ਸੀ ਕੁਆਟਰਾਂ ਤੋਂ ਅਲੱਗ ਨੇੜੇ ਸਾਂਝੀਆਂ ਟੱਟੀਆਂ ਬਣੀਆਂ ਸਨ ਤੇ ਇੱਕ ਵਾਰੀ ਮੈਨੂੰ ਦਸਤ ਲੱਗੇ ਸਨ ਤੇ ਘੰਟੇ-ਘੰਟੇ ਬਾਅਦ ਮੈਂ ਛੱਟੀ ਜਾਂਦੀ ਅੱਧੀ ਰਾਤ ਜਾ ਕੇ ਕੁਝ ਆਰਾਮ ਆਇਆ ਪਰ ਤੜਕੇ 4 ਵਜੇ ਮੈਨੂੰ ਫੇਰ ਦਰਦ ਉੱਠਿਆ ਮੈਂ ਕਰਾ ਕੇ ਟੱਟੀਆਂ ਵੱਲ ਦੌੜੀ ਖੜੀ ਹੋਈ ਤਾਂ ਨੇੜੇ ਚੰਨ ਚਾਨਣੀ ਰਾਤ 'ਚ ਮੈਨੂੰ ਦੋ ਪਰਛਾਵੇਂ ਜੇ ਦਿਸੇ। ਟੱਟੀਆਂ ਤੇ ਟੀਨ ਦੇ ਛੱਤ ਤਾਂ ਸੀ ਪਰ ਉਹਨਾਂ ਦੀ ਕੰਧਾ ਆਦਮੀ ਦੇ ਮੋਢੇ ਜਿੰਨੀ ਉੱਚੀ ਐ ਸੀ। ਖੜੇ ਹੋ ਕੇ ਬਾਹਰ ਸਭ ਕੁਝ ਦਿਸਦਾ ਸੀ। ਮੈਂ ਸੈਮ ਕੇ ਖੜੀ ਰਹੀ। ਉਹ ਟੱਟੀਆਂ ਦੇ ਹੋਰ ਨੇੜੇ ਆ ਗਏ ਸਨ। ਥੋੜੀ ਤਾਂ ਚੁੱਕ ਕੇ ਮੈਂ ਉਹਨਾਂ ਨੂੰ ਧਿਆਨ ਨਾਲ ਦੇਖਣ ਲੱਗੀ ਪਛਾਣ ਲਿਆ। ਇੱਕੇ ਸੁਸ਼ਮਾ ਸੀ ਤੇ ਇੱਕੇ ਦਾ ਪ੍ਰੇਮੀ। ਮੈਂ ਉਹਦੀ ਸ਼ਕਲ ਪਹਿਲਾਂ ਵੀ ਦੇਖੀ ਹੋਈ ਸੀ। ਸ਼ਹਿਰ ਦੇ ਦੂਜੇ ਪਾਸਿਆਂ ਕਿਧਰ ਆਇਆ ਕਰਦਾ ਸੀ ਤੇ ਮੈਂ ਉਹਨਾਂ ਨੂੰ ਕਈ ਵਾਰ ਸ਼ਹਿਰ ਦੀਆਂ ਉਜਾੜ ਥਾਵਾਂ 'ਵਲ ਜਾਂਦੇ ਆ ਦੇਖਿਆ ਹੋਇਆ ਸੀ। ਪੁਤਲੀ ਘਰ ਦੇ ਚੌਕ ਚੌਕ ਆਖੜ ਦਾ ਤੇ ਸੁਸ਼ਮਾ ਉਹਨੂੰ ਉੱਥੇ ਜਾ ਕੇ ਮਿਲਦੀ ਸੀ ਤੇ ਫਿਰ ਉਹ ਕਿਸੇ ਪਾਸੇ ਵੀ ਤੁਰ ਜਾਇਆ ਕਰਦੇ ਸਨ ਤੇ ਅਸੀਂ ਮੇਰੇ ਹਾਂ ਦੀਆਂ ਕੁੜੀਆਂ ਨੇ ਉਹਨਾਂ ਦੀ ਪੈੜ ਕੱਢ ਲਈ ਹੋਈ ਸੀ। ਚਟੀਆਂ ਕੋ ਲਾ ਕੇ ਸੁਸ਼ਮਾ ਨੇ ਉਹਨੂੰ ਖੜਾਇਆ ਸੀ ਤੇ ਉਹਦੇ ਹੱਥਾਂ ਨੂੰ ਚੁੰਮ ਕੇ ਆਖਿਆ ਸੀ, "ਰਾਜੇਸ਼ ਮੈਂ ਇਹਨੂੰ ਖਤਮ ਨਹੀਂ ਕਰਾਂਗੀ। ਇਹ ਤੇਰਾ ਖੂਨ ਹੈ।" ਮੈਨੂੰ ਇਸ ਸੰਸਾਰ ਤੇ ਲਿਆਵਾਂਗੀ ਤੂੰ ਵਿਆਹ ਕਰਵਾ ਲੈ ਮੇਰੇ ਨਾਲ ਸੁਸ਼ਮਾ ਤੂੰ ਸਮਝਦੀ ਕਿਉਂ ਨਹੀਂ ਮੇਰੇ ਲਈ ਬਹੁਤ ਔਖ ਹੈ ਪਿਤਾ ਜੀ ਰਿਸ਼ਤੇ ਨੂੰ ਹਾਂ ਕਰੀ ਬੈਠੇ ਹੈ ਉਹਨਾਂ ਦਾ ਦਿਲ ਨਹੀਂ ਮੈਂ ਤੋੜ ਸਕਦਾ ਉਹਨਾਂ ਨੂੰ ਬਹੁਤ ਛੱਟ ਲੱਗੇਗੀ ਉਹਨਾਂ ਦੇ ਬਹੁਤ ਚੰਗੇ ਦੋਸਤ ਦੀ ਕੁੜੀ ਹੈ ਉਹ ਤੇ ਤੂੰ ਇਹ ਵਰਸ਼ਨ ਕਰਵਾ ਲੈ ਉਹ ਜਿਵੇਂ ਉਹਦੇ ਪੈਰਾਂ 'ਚ ਵਿਛਿਆ ਖੜਾ ਹੋਵੇ ਤਾਂ ਫਿਰ ਮੇਰੇ ਨਾਲ ਤੇਰਾ ਇਹ ਕੀ ਹੈ ਸੁਸ਼ਮਾ ਨੇ ਉਹ ਤੋਂ ਵੱਧ ਪਿਗਲ ਕੇ ਪੁੱਛਿਆ ਸੀ ਆਪਾਂ ਪਿਆਰ ਕਰਦੇ ਹਾਂ ਇੱਕ ਦੂਜੇ ਨੂੰ ਸੱਚਾ ਪਿਆਰ ਸਾਰੀ ਉਮਰ ਕਰਦੇ ਰਹਾਂਗੇ ਨਹੀਂ ਮੈਨੂੰ ਅਜੇ ਪਿਆਰ ਦੀ ਲੋੜ ਨਹੀਂ ਮੈਂ ਤੇਰਾ ਬੱਚਾ ਜਮਾਂਗੀ ਮੇਰੇ ਨਾਲ ਵਿਆਹ ਕਰਵਾ ਲੈ ਨਹੀਂ ਤਾਂ ਮੈਂ ਤੂੰ ਬੇਵਕੂਫ ਨਾ ਬਣ ਚੁੱਪ ਕਰਕੇ ਅਬੋਰਸ਼ਨ ਕਰਵਾ ਲੈ ਹਜ਼ਾਰਾਂ ਕੁੜੀਆਂ ਹੀ ਕਰਦੀਆਂ ਨੇ ਮੈਂ ਉਹਨਾਂ ਹਜ਼ਾਰਾਂ ਵਿੱਚੋਂ ਨਹੀਂ ਹੋਰ ਫਿਰ ਕੀ ਕਰਾਂਗੀ ਮੈਂ ਜ਼ਹਿਰ ਖਾ ਕੇ ਮਰ ਜਾਾਂਗੀ ਸੁਸ਼ਮਾ ਦੇ ਬੋਲਾਂ 'ਚ ਹੁਣ ਦ੍ਰਿੜਤਾ ਸੀ ਤੂੰ ਹੋਰ ਸੋਚ ਕੇ ਦੇਖ ਤੇਰਾ ਕੁਝ ਨਹੀਂ ਵਿਗੜਿਆ ਸਭ ਠੀਕ ਹੈ ਸਭ ਠੀਕ ਹੋ ਜਾਏਗਾ ਉਜਵੇਂ ਆਪਣਾ ਪੱਲਾ ਛਡਾਉਣਾ ਚਾਹੁੰਦਾ ਹੋਵੇ ਨਹੀਂ ਬਿਲਕੁਲ ਨਹੀਂ ਸੁਸ਼ਮਾ ਨੇ ਆਪਣੇ ਪਿਛਲੇ ਪਾਸੇ ਇੱਕ ਹੱਥ ਕਰਕੇ ਸਲਵਾਰ ਦੇ ਬੰਨ ਵਿੱਚੋਂ ਕੋਈ ਚੀਜ਼ ਕੱਢੀ ਅੱਖ ਚਮਕਣ ਦੀ ਫੁਰਤੀ ਚ ਰਜੇਸ਼ ਦੀ ਵੱਖੀ ਚੋਨ ਨੂੰ ਖੋਬ ਦਿੱਤਾ ਇੱਕ ਦੱਬਵੀਂ ਜੀ ਚੀਖ ਉਹਦੇ ਮੂੰਹੋਂ ਨਿਕਲੀ ਤੇ ਉਹ ਧਰਤੀ ਤੇ ਡਿੱਗ ਪਿਆ ਉਹਦੇ ਦਿਲ ਵਾਲੇ ਪਾਸੇ ਜ਼ੋਰ ਦੀ ਸੁਸ਼ਮਾ ਨੇ वार ਕਰ ਦਿੱਤਾ ਸੀ ਉਹ ਮੱਛੀ ਵਾਂਗ ਤੜਪ ਰਿਹਾ ਸੀ ਸੁਸ਼ਮਾ ਜਾ ਚੁੱਕੀ ਸੀ ਸਭ ਕੁਝ ਦੇਖਦੇ ਮੇਰੀ ਇੱਕ ਭਿਆਨਕ ਚੀਖ ਨਿਕਲੀ ਜਿਹੜੀ ਸਾਰੇ ਕੁਆਟਰਾਂ ਤੱਕ ਸੁਣੀ ਹੋਏਗੀ ਤੇ ਮੈਂ ਟਟੀ ਚ ਗਸ਼ ਖਾ ਕੇ ਡਿੱਗ ਪਈ। ਦਿਨ ਚੜੇ ਮੈਨੂੰ ਕੁਝ ਹੋਸ਼ ਆਈ ਤੇ ਮੈਂ ਆਪਣੇ ਘਰ ਚ ਪਲੰਗ ਤੇ ਪਈ ਸੀ। ਮੈਨੂੰ ਤੇਜ਼ ਬੁਖਾਰ ਚੜਿਆ ਸੀ। ਪਿਤਾ ਜੀ ਬਿੰਦੇ-ਬਿੰਦੇ ਮੈਨੂੰ ਥਰਮਾਮੀਟਰ ਲਾ ਕੇ ਦੇਖ ਰਹੇ ਸਨ। ਮੇਰੇ ਮੱਥੇ ਤੇ ਪਾਣੀ ਪੱਟੀਆਂ ਧਰਦੇ ਜਾ ਰਹੇ ਸਨ। ਦੁਪਹਿਰ ਤੱਕ ਰਾਜੀਸ਼ ਦੀ লাশ ਚੁੱਕ ਲਈ ਗਈ ਸੀ। ਸਾਰੇ ਮਲੇ ਚ ਗੱਲ ਧੂਮੀ ਹੋਈ ਸੀ ਕਿ ਸਤਪਾਲ ਲਾਇਬ੍ਰੇਰੀਅਨ ਦੀ ਕੁੜੀ ਮਨੋਰਮਾ ਨੇ ਇਹ ਕਤਲ ਹੁੰਦਾ ਅੱਖੀਂ ਦੇਖਿਆ। ਪੁਲਿਸ ਵਾਲੇ ਸਾਡੇ ਘਰ ਆਉਂਦੇ ਮੈਨੂੰ ਪਿਆਰ ਨਾਲ ਪੁੱਛਕਾਰ ਪੁੱਛਕਾਰ ਪੁੱਛਦੇ ਵੀ ਉਹ ਕੌਣ ਸੀ ਜਿਨੇ ਕਤਲ ਕੀਤਾ ਮੈਨੂੰ ਜਦੋਂ ਘਟਨਾ ਯਾਦ ਆਉਂਦੀ ਮੈਂ ਚੀਖ ਮਾਰ ਕੇ ਬੇਹੋਸ਼ ਹੋ ਜਾਂਦੀ ਥੋੜਾ ਮੋਟਾ ਹੋਸ਼ ਚ ਹੁੰਦੀ ਤਾਂ ਇੰਨਾ ਹੀ ਦੱਸਦੀ ਵੀ ਹਨੇਰੇ ਚ ਮੈਨੂੰ ਪਤਾ ਨਹੀਂ ਉਹ ਕੌਣ ਸੀ ਆਦਮੀ ਸੀ ਔਰਤ ਸੀ ਉਹ ਪੁੱਛਦੇ ਇਹ ਵੀ ਪਤਾ ਨਹੀਂ ਮੈਂ ਜਵਾਬ ਦਿੰਦੀ ਫਿਰ ਸੀ ਕੌਣ ਕੀ ਪਤਾ ਕੌਣ ਸੀ ਸੀ ਜ਼ਰੂਰ ਕੋਈ ਉਹਨੇ ਛਰੇ ਵਰਗੀ ਕੋਈ ਚੀਜ਼ ਉਹਦੇ ਢਿੱਡ 'ਚ ਮਾਰੀ ਸੀ ਤੇ ਫਿਰ ਮੈਂ ਬੇਹੋਸ਼ ਹੋ ਕੇ ਡਿੱਗ ਪਈ ਮੇਰਾ ਹਰ ਵਾਰ ਇਹ ਹੀ ਜਵਾਬ ਹੁੰਦਾ સુષ્મા સ્વેરી શા ਮੇਰੇ ਪਤਾ ਲੈਣ ਆਉਂਦੀ ਚੁੱਪਚਾਪ ਮੇਰੇ ਚਿਹਰੇ ਵੱਲ ਦੇਖਣ ਲੱਗਦੀ ਜਦੋਂ ਉਹ ਮੇਰੇ ਸਾਹਮਣੇ ਹੁੰਦੀ ਮੈਂ ਆਪਣਾ ਚਿਹਰਾ ਛੁਪਾ ਲੈਂਦੀ ਉਹ ਬੈਠੀ ਰਹਿੰਦੀ ਫਿਰ ਚੁੱਪਚਾਪ ਚਲੀ ਜਾਂਦੀ ਕਈ ਮਹੀਨੇ ਪੁੱਛ ਪੜਤਾਲ ਚੱਲਦੀ ਰਹੀ ਤੇ ਫਿਰ ਪਤਾ ਨਹੀਂ ਉਸ ਮਾਮਲੇ ਦਾ ਕੀ ਬਣਿਆ ਮੈਨੂੰ ਥਾਣੇ 'ਚ ਨਹੀਂ ਸਦਿਆ ਗਿਆ ਸੀ ਤੇ ਫਿਰ ਪਿਤਾ ਜੀ ਅਗਲੇ ਸਾਲ ਰਿਟਾਇਰ ਹੋ ਗਏ ਸਨ ਅਸੀਂ ਅੰਮ੍ਰਿਤਸਰ ਛੱਡ ਆਏ ਸੀ ਸੁષ્ਮਾ ਚਾਹ ਲੈ ਕੇ ਆਈ ਪਲੇਟ 'ਚ ਬਿਸਕਟਾਂ ਦਾ ਪੈਕੇਟ ਖੋਲਦੀ ਹੈ ਪੁੱਛਣ ਲੱਗੀ ਮੈਂ ਨਰਮਾ ਤੂੰ ਮੈਨੂੰ ਜਾਣਦੀ ਸੀ ਉਸ ਤੋਂ ਪਹਿਲਾਂ ਹਾਂ ਮੈਂ ਤੁਹਾਨੂੰ ਸੜਕਾਂ ਦੇ ਘੁੰਮਦੇ ਦੇਖਿਆ ਸੀ ਫਿਰ ਤੂੰ ਪੁਲਿਸ ਕੋਲ ਮੇਰਾ ਨਾਂ ਕਿਉਂ ਨਾ ਲਿਆ ਮੈਂ ਪੱਕਾ ਫੈਸਲਾ ਕਰ ਲਿਆ ਹੋਇਆ ਸੀ ਕਿ ਬੇਸ਼ੱਕ ਮੈਂ ਮਰ ਜਾਵਾਂ ਪਰ ਤੇਰਾ ਨਾਂ ਜ਼ੁਬਾਨ ਤੇ ਨਹੀਂ ਲਿਆਉਣਾ ਤੇ ਮੈਂ ਫਿਰ ਸਵਾਲ ਕੀਤਾ ਤੂੰ ਉਹਨੂੰ ਮਾਰ ਕਿਉਂ ਦਿੱਤਾ ਸੀ ਸੁਸ਼ਮਾ ਉਹਦਾ ਇਹੀ ਇਲਾਜ ਸੀ ਉਹਨੇ ਕਿਹਾ ਉਹਦੀਆਂ ਅੱਖਾਂ 'ਚ ਹੁਣ ਵੀ ਕੋਈ ਪਛਤਾਵਾ ਨਹੀਂ ਸੀ ਤੇ ਫਿਰ ਤੂੰ ਵਿਆਹ ਨਹੀਂ ਕਰਾਇਆ ਵਿਆਹ ਮੇਰੇ ਨਾਲ ਕੌਣ ਕਰਦਾ ਮੈਂ ਬਾਅਦ ਸੰ ਕਰਵਾਈ ਤੇ ਕੁਝ ਮਹੀਨਿਆਂ ਬਾਅਦ ਪੁਲਿਸ 'ਚ ਭਰਤੀ ਹੋ ਗਈ। ਬੀਏ ਤਾਂ ਕਰ ਹੀ ਚੁੱਕੇ ਸੀ। ਮੈਨੂੰ ਮਰਦ ਜਾਤ ਨਾਲ ਹੀ ਨਫ਼ਰਤ ਹੈ ਹੁਣ। ਇਹੋ ਜਿਹਾ ਕੇਸ ਮੈਨੂੰ ਮਿਲ ਜਾਏ ਤਾਂ ਗਿਣ-ਗਿਣ ਕੇ ਬਦਲੇ ਲੈਣੀਆਂ। ਮਰਦ ਤੋਂ ਤੇ ਫਿਰ ਉਹਨੇ ਮੈਨੂੰ ਆਪਣੇ ਅਟੈਚੀ 'ਚੋਂ ਕੱਢ ਕੇ ਉਹ ਚਾਕੂ ਵਿਖਾਇਆ। ਤੇਜ਼ ਧਾਰ ਚਾਕੂ ਕਾਲੇ ਦਸਤੇ ਵਾਲਾ। ਮੈਂ ਉਹਦੀਆਂ ਗੱਲਾਂ ਸੁਣ-ਸੁਣ ਭਿਆਨਕਤਾ ਜਿਹੀ ਮਹਿਸੂਸ ਕਰ ਰਹੀ ਸੀ। ਮੈਂ ਉਹਨੂੰ ਹੋਰ ਕੋਈ ਗੱਲ ਨਾ ਪੁੱਛੀ ਤੇ ਨਾ ਹੀ ਉਹਦੇ ਭਵਿੱਖ ਬਾਰੇ ਕੋਈ ਸੁਝਾਅ ਦੇਣਾ ਚਾਹਿਆ। ਤੂੰ ਕੀ ਕਰਨਾਈ ਆ ਇੱਥੇ ਪਟਿਆਲੇ ਉਹਨੇ ਪੁੱਛਿਆ ਇੱਥੇ ਭੂਆ ਜੀ ਨੇ ਉਹਨਾਂ ਇੱਕ ਮੁੰਡੇ ਨਾਲ ਗੱਲ ਚਲਾਈ ਹੋਈ ਹੈ ਤੇ ਇੱਥੇ ਬੈਂਕ 'ਚ ਕਲਰਕ ਹੈ ਉਹ ਮੁੰਡਾ ਮੁੰਡੇ ਨਾਲ ਮੇਰੀ ਮੁਲਾਕਾਤ ਹੋ ਚੁੱਕੀ ਹੈ ਮੈਂ ਦੱਸ ਰਹੀ ਸੀ ਫਿਰ ਕਿਹਦਾ ਲੱਗਿਆ ਉਹ ਤੈਨੂੰ ਉਹਨੇ ਇੱਕਦਮ ਪੁੱਛਿਆ ਬਹੁਤ ਸਵੀਟ ਕਹਿ ਕੇ ਮੈਂ ਸ਼ਰਮਾ ਗਈ ਤੂੰ ਵੀ ਉਹਨੂੰ ਪਸੰਦ ਆ ਗਈ ਸੁਸ਼ਮਾ ਨੇ ਮੇਰਾ ਮੋਢਾ ਝੰਜੋੜਿਆ ਲੱਗਦਾ ਤਾਂ ਹੈ ਪਰ ਦੇਖੋ ਮੈਂ ਕਿਹਾ ਹਾਂ ਠੀਕ ਹੈ ਇਸ਼ਕ ਮੁਸ਼ਕ ਵਾਲਾ ਚੱਕਰ ਬੜਾ ਖਤਰਨਾਕ ਹੁੰਦਾ ਹੈ ਇਹ ਪਿਆਰ ਵਿਆਰ ਸਭ ਬਕਵਾਸ ਹੈ ਉਹ ਬਹੁਤ ਕੁਝ ਬੋਲਣਾ ਚਾਹ ਰਹੀ ਹੋਏਗੀ ਪਰ ਮੈਂ ਉਹਦੇ ਕੋਲੋਂ ਘਰ ਜਾਣ ਲਈ ਇਜਾਜ਼ਤ ਮੰਗੀ ਉਹ ਮਾਰਕੀਟ ਤੱਕ ਮੇਰੇ ਨਾਲ ਆਈ ਤੇ ਮੈਨੂੰ ਲੋਕਲ ਬੱਸ ਚੜਾ ਗਈ ਬੱਸ 'ਤੇ ਬੈਠੇ ਮੈਂ ਉਹਦੇ ਬਾਰੇ ਕਿੰਨਾ ਹੀ ਕੁਝ ਸੋਚੀ ਜਾ ਰਹੀ ਸੀ ਮੈਨੂੰ ਉਹਦੇ ਕੋਲੋਂ ਡਰ ਆ ਰਿਹਾ ਸੀ ਤੇ ਉਹਦੇ ਤੇ ਤਰਸ ਵੀ ਮਨ 'ਚ ਇੱਕ ਫੈਸਲਾ ਜਿਹਾ ਪੁੰਗਰ ਰਿਹਾ ਸੀ ਕਿ ਦੁਬਾਰਾ ਕਦੇ ਵੀ ਸੁਸ਼ਮਾ ਨੂੰ ਨਹੀਂ ਮਿਲਾਂਗੀ ਧੰਨਵਾਦ